ਉਹ ਕਿੰਨੀਆਂ ਕੁ ਡਿਸ਼ਾਂ ਨੇ ਲਾਦਾ ਬੰਦਾ ਪੈ ਨਾ ਦਾਇਆ ਕਰਾਉਂਦੇ ਨੇ ਉਹ ਇੱਥੇ ਕਮਰ ਬਾਈ 60 ਕਿਸਮ ਦੀਆਂ ਡਿਸ਼ਾਂ ਨੇ 60 ਕਿਸਮ ਦੀਆਂ ਡਿਸ਼ਾਂ ਛੋਟੇ ਗੋਸ਼ਤ ਵਾਲੀ ਪਰੀਆਂ ਛੋਟਾ ਗੋਸ਼ਤ ਵੀ ਜੇ ਵਿੱਚ ਅੱਛਾ ਹਾਂ ਐਵੇਂ ਅਲਕਰਮ ਹੋਟਲ ਦਾ ਇਫਤਾਰ ਡਿਨਰ ਬੁਫੇ ਠੀਕ ਹੈ ਜਦੋਂ ਤੁਸੀਂ ਸਭ ਤੋਂ ਪਹਿਲੇ ਇੱਥੇ ਆ ਰਹੇ ਨਾ ਤੁਹਾਨੂੰ ਟੇਬਲਾਂ ਤੇ ਇਹਨਾਂ ਨੇ ਜਨਾਬ ਖਜੂਰਾਂ ਖਵਾਣੀਆਂ ਨੇ ਉਸ ਤੋਂ ਬਾਅਦ ਤੁਹਾਨੂੰ ਇੱਥੇ ਪਿਆਰਾ ਮੈਂ ਲਾਲ ਸ਼ਰਬਤ ਵੀ ਪੀਣਾ ਹੀ ਉਹ ਵੀ ਹੈ ਉਹ ਵੀ ਹੈ ਅੱਛਾ ਉਸ ਤੋਂ ਬਾਅਦ ਤੁਸੀਂ ਜਨਾਬ ਉਹ ਖਾ ਕੇ ਨਾ ਤੁਹਾਨੂੰ ਹਲਕੀ ਫੁਲਕੀ ਜਿਹੜਾ ਨਾ ਉਹ ਇੱਥੇ ਇਫਤਾਰੀ ਮਿਲਣੀ ਇਫਤਾਰੀ ਇੱਚ ਇਹਨਾਂ ਦੀ ਕਮ ਸੇ ਕਮ ਜਿਹੜਾ ਨਾ 10 12 ਚੀਜ਼ਾਂ ਨੇ ਜਿਹੜੀਆਂ ਤੁਸੀਂ ਤੁਹਾਨੂੰ ਇੱਥੇ ਵੇਖਣ ਨੂੰ ਮਿਲ ਜਾਂਦੀਆਂ ਨੇ ਉਹ ਮੈਂ ਵੇਖਿਆ ਸੀ ਇੱਥੇ ਲੱਗਾ ਹੋਇਆ ਸੀ ਸ਼ਾਮੀ ਕਬਾਬ ਵੀ ਸਨ ਇੱਥੇ ਸੈਂਡਵਿਚ ਵੀ ਸਨ ਬਰਗਰ ਵੀ ਸਨ ਚਿਪਸਾਂ ਵੀ ਸਨ ਬੜਾ ਕੁਝ ਮੈਂ ਵੇਖਿਆ ਲੱਗਿਆ ਲੱਗਾ ਦਹੀਂ ਭੱਲੇ ਵੀ ਸਨ ਪਕੌੜੇ ਵੀ ਤੇ ਮੌਜੂਦ ਸਨ ਫਰੂਟ ਚਾਟ ਵੀ ਸੀ ਤੁਸੀਂ ਉਹ ਨਹੀਂ ਵੇਖੀ ਹੈ ਉਹ ਸਾਈਡ ਤੇ ਲੱਗੀ ਹੋਈ ਸੀ ਉਹ ਵੀ ਸੀ ਉਸ ਤੋਂ ਬਾਅਦ ਬੰਦਾ ਸਕੂਨ ਨਾਲ ਨਮਾਜ਼ ਪੜ੍ਹਨ ਟੁਰ ਜਾਏ ਹਾਂ ਤੇ ਨਮਾਜ਼ ਪੜ੍ਹ ਕੇ ਜਦੋਂ ਤੁਸੀਂ ਆਣਾ ਨਾ ਉਦੋਂ ਉਹਨਾਂ ਨੇ ਤੁਹਾਡੀਆਂ ਲਾਣੀਆਂ ਨੇ ਰੀਝਾਂ ਇੱਥੇ ਤੁਹਾਨੂੰ ਪਾਕਿਸਤਾਨੀ ਸੈਕਸ਼ਨ ਵਿੱਚ ਮਿਲਣਾ ਮਟਨ ਗੁਰਦਾਸਪੁਰੀ ਜਾਂ ਮਟਨ ਬਦਾਮੀ ਕੀ ਬਾਤ ਦੋਵਾਂ ਚੋਂ ਇੱਕ ਲੇਕਿਨ ਐਸਾ ਕਮਾਲ ਪੋਲਾ ਪੋਲਾ ਮਜ਼ੇਦਾਰ ਮਟਨ ਉਸ ਤੋਂ ਬਾਅਦ ਨਾਲ ਹੀ ਮਟਨ ਪਾਲਕ ਨਾਲ ਹੀ ਮੱਖਣੀ ਹਾਂਡੀ ਉਸ ਤੋਂ ਬਾਅਦ ਨਾਲ ਹੀ ਤੁਹਾਨੂੰ ਜਨਾਬ ਇਹਨਾਂ ਦਾ ਜਿਹੜਾ ਹੈ ਨਾ ਉਹ ਸ਼ਾਹੀ ਦਾਲ ਮਿਲ ਜਾਏਗੀ ਦੇਸੀ ਘਿਓ ਦੇ ਤੜਕੇ ਵਾਲੀ ਉਸ ਤੋਂ ਬਾਅਦ ਚਿਕਨ ਜਲਫਰੇਜ਼ੀ ਇਹ ਉਸ ਤੋਂ ਬਾਅਦ ਕਮਰ ਭਾਈ ਇਹਨਾਂ ਦਾ ਪਲਾਓ ਜੇ ਉਸ ਤੋਂ ਬਾਅਦ ਬਟੇਰ ਵੀ ਹੈ ਜੇ ਛੋਟੇ ਛੋਟੇ ਲੈਗ ਪੀਸ ਜਿਹੜੇ ਬਟੇਰ ਜਿਹੜੇ ਉੱਡ ਜਾਂਦੇ ਨੇ ਆਹੋ ਉਹ ਵੀ ਹੈ ਜੇ ਤੇ ਇਹ ਤੁਸੀਂ ਖਾਣਾ ਹੈ ਨਾ ਤੇ ਨਾਲ ਹੀ ਇਹਨਾਂ ਦਾ ਬਿਲਕੁਲ ਬਾਰਬੀਕਿਊ ਪਿਆ ਹੋਇਆ ਜੇ ਉੱਥੇ ਇਹਨਾਂ ਦੇ ਰੇਸ਼ਮੀ ਕਬਾਬ ਨੇ ਹੋਏ 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 ਮਜ਼ੇਦਾਰ ਕਿਸਮ ਦੇ ਤੇ ਨਾਲ ਹੀ ਜਨਾਬ ਕਮਰ ਭਾਈ ਇਹਨਾਂ ਦੇ ਨਾ ਉਹ ਮਲਾਈ ਬੋਟੀ ਹੋਏਗੀ ਜਾਂ ਚਿਕਨ ਟਿੱਕਾ ਹੈਗਾ ਦੋਵਾਂ ਚੋਂ ਇੱਕ ਵੀ ਸੁਣਿਆ ਕੋਈ ਚੀਜ਼ ਹੁੰਦੀ ਹੈ ਨਾ ਕੋਈ ਚਾਈਨੀਜ਼ ਕੰਟੀਨੈਂਟਲ ਵੀ ਹੈ ਇੱਥੇ ਚਾਈਨੀਜ਼ ਚ ਇਹਨਾਂ ਦੇ ਐਗ ਫ੍ਰਾਈਡ ਰਾਈਸ ਨੇ ਮਨਚੂਰੀਅਨ ਨੇ ਉਸ ਤੋਂ ਬਾਅਦ ਪਾਸਤਾ ਹੈ ਤੇ ਮਜ਼ੇਦਾਰ ਗੱਲ ਜਿਹੜੀ ਹੈ ਉਹਨਾਂ ਨੇ ਬਿਲਕੁਲ ਸਾਹਮਣੇ ਇੱਕ ਲਾਈਵ ਸੈਕਸ਼ਨ ਲਾਇਆ ਜਿੱਥੇ ਸਟੀਕ ਬਣਾ ਕੇ ਦਿੰਦੇ ਨੇ ਉਹ ਮੈਂ ਵੇਖਿਆ ਤਨੂਰ ਵੀ ਲਗਾ ਹੀ ਤੇ ਉਹ ਤੇ ਬੜੀ ਕਮਾਲ ਚੀਜ਼ ਹੈ ਇੱਥੇ ਗਰਮ ਗਰਮ ਨਾਨ ਮਿਲਣਗੇ ਤੇ ਨਾਲ ਹੀ ਇਧਰੋਂ ਨਾਨ ਕਢਾਓ ਤੇ ਆ ਕੇ ਇਧਰ ਬਹਿ ਕੇ ਆਰਾਮ ਨਾਲ ਖਾਓ ਤੇ ਨਾਨਾਂ ਚ ਵੀ ਬੜੀ ਵੈਰਾਈਟੀ ਕਲਵੰਜੀ ਵਾਲਾ ਤਿਲਾਂ ਵਾਲਾ ਬੜੇ ਕਿਸਮ ਦੇ ਨਾਨ ਨੇ ਉੱਤੇ ਵੀ ਅੱਛਾ ਹਾਂ ਤੇ ਉਹ ਹੈ 10 ਲਾਦੇ ਬੰਦਾ ਹੈ ਕਿੰਨੇ ਦਾ ਹੀ ਕਿਧਰੇ ਉਹ ਨਹੀਂ ਨਹੀਂ ਕਮਰ ਭਾਈ ਇਹਨਾਂ ਮਹਿੰਗਾ ਨਹੀਂ ਹੈ ਸਿਰਫ ਔਰ ਸਿਰਫ 3290 ਰੁਪਏ ਦਾ ਜੇ 3290 ਮੇਰੀ ਗੱਲ ਤੁਸੀਂ ਅਨਲਿਮਿਟਿਡ ਖਾਓ ਕਿੰਨੀ ਦੇਰ ਤੱਕ ਖਾ ਸਕਨੇ ਅਸੀਂ 6 ਵਜੇ ਤੋਂ ਲੈ ਕੇ 8 ਵਜੇ ਤੱਕ ਵੇਲੀ ਤੇਰੀ ਗਾਰੰਟੀ ਆ ਓਏ ਇੱਥੇ ਅਨਲਿਮਿਟਿਡ ਖਾਣ ਦਾ ਬੂਫੇ ਲੱਗਿਆ ਇਹ ਤੇ ਗੁਜਰਾਂਵਾਲਾ ਦੇ ਪਵਾਨ ਵਾਸਤੇ ਮਜ਼ੇਦਾਰ ਗੱਲ ਹੈ ਮੈਂ ਖਾਂਦੇ ਰਹੋ ਜੋ ਮਰਜ਼ੀ ਬਹਿ ਕੇ ਜਿੰਨੀ ਮਰਜ਼ੀ ਯਾਰ ਖਾਂਦੇ ਰਹੋ ਲੋ ਜੀ ਉਸ ਤੋਂ ਇਲਾਵਾ ਇੱਕ ਕਮਿਟੀ ਯਾਰ ਹੱਲੇ ਨਹੀਂ ਕੇਮ ਮੁਕੀ ਚਟਨੀਆਂ ਨੇ ਡੀ ਡੀ ਜ਼ਬਰਦਸਤ ਕਿਸਮ ਦੀਆਂ ਹਲਾਲ ਹਾਂ ਹਲਾਲ ਚਟਨੀਆਂ ਉਸ ਤੋਂ ਬਾਅਦ ਜਨਾਬ ਇਹਨਾਂ ਦੇ ਜਿਹੜਾ ਨਾ ਸੈਲਡਸ ਨੇ ਇੰਨੇ ਬੜੇ ਕਿਸਮ ਦੇ ਉਸ ਤੋਂ ਬਾਅਦ ਮਿੱਠੇ ਦੇ ਐਡਾ ਵੱਡੀ ਵੈਰਾਈਟੀ ਯਾਰ ਮਿੱਠੇ ਚ ਇੰਨੀਆਂ ਕਿਸਮ ਦੀਆਂ ਚੀਜ਼ਾਂ ਪਈਆਂ ਹੋਈਆਂ ਨੇ ਇੱਥੇ ਉਹ ਨਹੀਂ ਤੁਸੀਂ ਵੇਖੀਆਂ ਹਲੇ ਤੱਕ ਮੈਂ ਮੱਛੀ ਵੀ ਉੱਥੇ ਵੇਖੀ ਪੁੜਕਦੀ ਹੋਈ ਮੱਛੀ ਫਰਾਈ ਹੋ ਰਹੀ ਸੀ ਪੁੜਕ ਨਹੀਂ ਸੀ ਰਹੀ ਇਹਨਾਂ ਦੇ ਉੱਪਰ ਹੈ ਮੱਛੀ ਵੀ ਨਾਲ ਹਾਂ ਤੇ ਜਿਹੜਾ ਨਾ ਇਹ ਸਾਰਾ ਜਿਹੜਾ ਨਾ ਅਲਕਰਮ ਹੋਟਲ ਦਾ ਜਿਹੜਾ ਨਾ ਇਫਤਾਰ ਬੁਫੇ ਵਿੱਚ 7 ਪਲੱਸ ਡਿਸ਼ਾਂ ਨੇ ਜਿੰਨਾ ਮਰਜ਼ੀ ਖਾਓ ਖਾ ਖਾ ਕੇ ਭਾਵੇਂ ਆਪਣੇ ਆਪ ਨੂੰ ਗਸ਼ ਪਵਾ ਲਓ ਤੇ ਨਹੀਂ ਗਸ਼ ਨਾ ਪਾਓ ਤੇ ਇੱਥੇ ਭਾਈ ਜੀ ਬੜਾ ਆਸਾਨ ਦਾ ਐਡਰੈਸ ਹੈ ਅਲਕਰਮ ਦਾ ਇਹ ਤੁਹਾਨੂੰ ਸਿਟੀ ਆਫ ਸਿੰਧ ਦੇ ਬਿਲਕੁਲ ਆਪੋਜ਼ਿਟ ਅਟਾਵਾ ਦੇ ਮੁਕਾਮ ਤੇ ਮੋਟਰਵੇ ਲਿੰਕ ਤੋਂ ਪਿੱਛੇ ਤੁਹਾਨੂੰ ਨਜ਼ਰ ਮਿਲੇਗਾ ਅਲਕਰਮ ਹੋਟਲ ਬਹੁਤ ਆਸਾਨ ਐਡਰੈਸ ਹੈ ਨੰਬਰ ਤੁਹਾਨੂੰ ਅਸੀਂ ਦੇ ਛੜਿਆ ਵੇ ਤੇ 3250 ਤੇ ਬੱਚਿਆਂ ਦਾ ਕਿੰਨੇ ਦਾ ਹੀ ਬੱਚਿਆਂ ਦਾ ਸਿਰਫ 1890 ਰੁਪਏ ਦਾ 1890 ਰੁਪਏ ਦਾ ਤੇ ਆਓ ਤੇ ਇੰਜੋਏ ਕਰੋ ਤੇ ਕਮਰ ਭਾਈ ਪਾਰਕਿੰਗ ਏਡੀ ਕਮਾਲ ਸ਼ਾਨਦਾਰ ਹਾਂ ਮੈਂ ਵੇਖੀ ਕਾਰ ਪਾਰਕਿੰਗ ਆ ਬਿਲਕੁਲ ਅੱਗੇ ਤੁਸੀਂ ਗੱਡੀ ਲਾਓ ਉਸ ਤੋਂ ਇਲਾਵਾ ਜਨਾਬ ਸਿਟਿੰਗ ਪਲਾਨ ਏਡਾ ਸਭ ਬਿਹਤਰੀਨ ਤੇ ਜ਼ਬਰਦਸਤ ਤੇ ਮੈਂ ਤੇ ਕਹਿੰਦਾ ਕਿ ਮੌਕਾ ਛੱਡਣ ਵਾਲਾ ਨਹੀਂ ਹੈ ਨਹੀਂ ਛੱਡਾਂਗੇ ਹਾਂ ਆਈ ਆਫਿਸ ਆਈ ਆਫ ਅੰਨੀ ਭਾਈ ਅੱਲਾਹ ਹਾਫਿਜ਼।